ਚਾਰ ਵੱਜ ਗਏ ਜੋ ਐ ਤੱਕ ਅੰਦਰੋਂ ਨੀ ਨਿਕਲਦੀ, ਪਤਾ ਨੀ ਕੀ ਕਰੀ ਜਾਂਦੀ ਆ। ਕੱਲ੍ਹ ਉਦਾਂ ਬੁਖਾਰ ਨੇ ਮੱਤ ਮਾਰ ਛੱਡੀ, ਜਾਇਆ ਨੀ ਗਿਆ, ਤਾਂ ਅੱਜ ਦੇ ਪਾਣੀ ਤਿਆਰੀ ਨਹੀਂ ਹੋਣ ਦੀ ਪੈ ਗਏ, ਕੱਪੜੇ ਨੀ ਪੈਣ ਦੇ ਕੱਲ੍ਹ ਪਰਸੋਂ ਦੇ, ਹੱਦ ਹੋ ਗਈ ਇਹਦੇ ਵਾਲੀ। ਇੱਕ ਵਾਰ ਨੀ ਦੇਰ ਦਾ ਗਿਆ ਵੀ ਚੱਲੀਏ ਘਰ ਦੇ ਉਧਰੋਂ ਡੀਕਣ ਡੇ ਪਏ ਵਿਦੇ, ਫੋਨ ਤੇ ਫੋਨ ਆਈ ਜਾਂਦਾ ਵੀ ਕਦੋਂ ਆਉਣਾ, ਕੀ ਬੰਦਾ ਕਰੇ। ਰਾਜਿੰਦਰ ਉਹ ਗੱਲ ਸੁਣ। ਤੈਨੂੰ ਪਤਾ ਤੁਰਿਆ ਪਿਆ ਠੀਕ ਨੂੰ, ਉੱਥੇ ਗਿਆ ਬੁਖਾਰ ਚੜਿਆ, ਗੱਲ ਲੱਥ ਗਿਆ। ਚਲੋ ਕੋਈ ਗੱਲ ਨੀ, ਇੰਨੇ ਗੁੱਸੇ ਚ ਨਾ ਹੋਵੋ, ਕੋਈ ਨੀ ਚੱਲ ਜਾਂਦੇ ਆ, ਚਲੀ ਜਾਣਾ। ਚੱਲ ਗਏ ਯਾਰ, 4 ਵੱਜ ਗਏ, ਉਧਰੋਂ ਵੱਡਾ ਭਰਾ ਵੀ ਡਿਆ ਫੋਨ ਕਰਨ, ਕਹਿੰਦਾ ਕਦੋਂ ਆਉਣਾ। ਕੋਈ ਨਾ, ਤੁਸੀਂ ਕਹਿੰਦੇ ਕਿ ਟਿਕਟ ਤੇ ਨਹੀਂ ਆ ਜਾਣਾ ਕਿਹਾ, ਮੈਂ ਹਾਂ ਲੱਗੇ ਤੁਰਨ। ਆਜ ਕੋਈ ਗੱਲ ਨਹੀਂ, ਚਲੋ ਚੱਲ ਚੱਲ ਉੱਠ ਕਰਦੇ, ਭਾਬੀ ਨੂੰ ਕਹਿੰਦੇ ਮੜੀ ਚਾਹ ਬਣਾ ਦੇ, ਕਿ ਚਾਹ ਪੀ ਕੇ ਤੁਰਦੇ ਆ ਜਗਾ। ਕੋਈ ਗੱਲ ਨਹੀਂ, ਮੈਂ ਕਹਿ ਦੇਣੀ ਭਾਬੀ ਨੂੰ ਵੀ। ਆਹੋ ਜਾ ਛੇਤੀ ਕਰ, ਜਰਾ ਕਰ ਤਿਆਰੀ। ਠੀਕ ਆ, ਤਿਆਰੀ ਤਾਂ ਹੋਈ ਆ, ਕੋਈ ਨਹੀਂ ਤੁਰਨਾ, ਕਹਿ ਦੇਣੀ ਭਾਬੀ ਨੂੰ ਚਾਹ ਪੀ ਕੇ ਚੱਲ ਜਾਂਦੇ। ਮੈਂ ਤਾਂ ਲਾਹ ਜਾ ਟਾਈਮ ਨਾ ਲਾਣੀ, 4 ਵੱਜ ਗਏ ਨੇ, ਤੁਰਦੀ ਤੁਰਦੀ ਵੈਸੇ ਮੈਂ ਘੰਟਾ ਹੋਰ ਲਾ ਦੇਣਾ ਹਜੇ। ਰਾਜਿੰਦਰ ਦੀ ਵੀ ਤਿਆਰੀ ਪਤਾ ਨੀ ਕਿੰਨੀ ਕੁ ਲੰਮੀ ਆ, ਕੱਲ ਪਰਸੋਂ ਦੇ ਕੱਪੜੇ ਪਾਉਣ ਡਈ ਆ, ਅਜੇ ਤੱਕ ਇਹਦੀ ਤਿਆਰੀ ਨੀ ਹੋਈ। ਤਿਆਰੀ ਤਾਂ ਮੰਮੀ ਮੇਰੀ ਹੋ ਗਈ ਆ, ਏਦਾਂ ਕਰੋ ਭਾਬੀ ਨੂੰ ਕੋ 2 ਕੱਪ ਚਾਹ ਦੇ ਬਣਾ ਦੇਵੇ, ਚਿਹਰਾ ਕਾਲਾ ਪਿਆ ਵਾ, ਹੁਣ ਚੱਲ ਜਾਈਏ ਫਿਰ ਹਨੇਰਾ ਹੋ ਜਾਣਾ ਸਾਨੂੰ, 4 ਤੇ ਵੱਜ ਗਏ ਆ। ਚੱਲ ਕੋਈ ਨੀ, ਉਹ ਬਾਥਰੂਮ ਚ ਹੁੰਦੀ ਆ ਨਾ, ਤੁਹਾਨੂੰ ਮੈਂ ਕਹਿੰਦੀ ਆ ਵੀ 2 ਕੱਪ ਇਹਨਾਂ ਨੂੰ ਚਾਹ ਦੇ ਬਣਾ ਦੇ, ਤੇ ਇਹ ਤੇ ਟਾਈਮ ਨਾਲ ਜਾਣ ਵਾਲੇ ਬਣਨ, ਤੂੰ ਆਪਣਾ ਕੋਈ ਚੀਜ਼ ਵਸਤ ਵੇਖ ਲਾ ਜੇ ਕੋਈ ਹੋਰ ਹੈਗੀ ਪਾਉਣ ਵਾਲੀ ਤੇ। ਨਹੀਂ, ਮੈਂ ਸਾਰੇ ਕੱਪੜੇ ਪਾ ਲਏ ਆਪਣੇ ਬੈਗ ਦੇ ਵਿੱਚ। ਪੰਮ ਇੱਦਾਂ ਕਰ, ਇਹਨਾਂ ਨੂੰ 2 ਕੱਪ ਚਾਹ ਦੇ ਬਣਾ ਦੇ, ਪਰ ਜਿਹੜਾ ਰਾਜਿੰਦਰ ਦਾ ਉੱਥੇ ਨਾ ਬਾਰੀ 'ਚ ਇੱਕ ਸੂਟ ਮੈਂ ਲਿਆ ਕੇ ਰੱਖਿਆ ਸੀ, ਉਹ ਇਹਨੂੰ ਕੱਢ ਕੇ ਤੇ ਲਿਆ ਕੇ ਤੇ ਫੜਾ, ਚੇਤਾ ਨਾ ਭੁੱਲ ਜਿਓ ਵੀ ਪਾ ਲੇ ਬੈਗ ਦੇ ਵਿੱਚ। ਕਦੋਂ ਲਿਆਂਦਾ ਸੂਟ ਤੇ? ਲਿਆਂਦਾ ਸੀ ਮੈਂ, ਤੇ ਤੂੰ ਬਹੁਤੇ ਜਵਾਬ ਸਵਾਲਾਂ ਕਰਨ ਚੁੱਪ ਕਰਕੇ ਤੇ ਸੂਟ ਫੜ ਕੇ ਲਿਆ। ਕਿਹੜਾ ਸੂਟ ਮੰਮੀ? ਮੈਂ ਲਿਆਂਦਾ ਸੀ ਤੇਰੇ ਵਾਸਤੇ, ਤੇ ਮੈਂ ਆਪਣੀ ਬਾਰੀ 'ਚ ਰੱਖਿਆ ਵਾ। ਕਿਹੜਾ, ਉਹ ਪਿੰਕ ਜਿਹਾ? ਆਹੋ, ਤੈਨੂੰ ਪਤਾ ਹੀ। ਉਹ ਕੋਈ ਗੱਲ ਨਹੀਂ, ਮੈਂ ਆਪੇ ਲੈ ਲੈਂਦੀ, ਭਾਬੀ ਨੂੰ ਕਿਹੜਾ ਪਤਾ ਵਾ। ਲੈ ਮੰਮੀ, ਕੁੜੀ ਤੁਹਾਡੀ ਸਿਆਣੀ ਆਉਂਦੀ, ਮੈਂ ਆਪੇ ਲੈ ਲੈਂਦੀ ਹਾਂ। ਚੱਲ ਕੋਈ ਗੱਲ ਨਹੀਂ, ਉਹ ਲਿਆ ਦੇਗੀ ਤੇ ਫੇਰ ਕਿਹੜੀ ਆਖਰਾ ਚੱਲੀ ਆ। ਨਹੀਂ, ਮੈਂ ਲੈ ਲੂੰਗੀ ਆਪੇ, ਕੋਈ ਗੱਲ ਨਹੀਂ। ਤੂੰ ਜਾ ਪਹਿਲਾਂ ਉਹ ਸੂਟ ਫੜ ਕੇ ਲਿਆ ਤੇ ਬਾਅਦ 'ਚ ਚਾਹ ਰੱਖੀ। ਉਹ ਰਹਿਣ ਦਿਓ ਭਾਬੀ, ਮੈਂ ਆਪੇ ਖਾ ਲੂੰਗੀ, ਤੁਸੀਂ ਚਾਹ ਬਣਾ ਲਓ ਪਹਿਲਾਂ। ਇਦਾਂ ਨਹੀਂ ਕਰੀਦਾ, ਇਦਾਂ ਦੀਆਂ ਗੱਲਾਂ ਨਹੀਂ ਕਮਲਿਆਂ ਵਾਲੀਆਂ ਕਰੀਦੀਆਂ। ਮੰਮੀ ਕਮਲਿਆਂ ਵਾਲੀਆਂ ਗੱਲਾਂ ਨਹੀਂ ਕਰਨੀਆਂ, ਕਮਲਿਆਂ ਵਾਲੀਆਂ ਗੱਲਾਂ ਤੁਸੀਂ ਕਰਦੇ ਆ, ਮੇਰੀ ਚੀਜ਼ ਮੈਂ ਆਪੇ ਖਾ ਲੂੰਗੀ, ਜਿਹੜਾ ਕੰਮ ਗਿਆ ਉਹਨੂੰ ਉਹ ਤੇ ਕਰ ਦੋ ਪਹਿਲਾਂ। ਹਾਏ, ਤੇ ਉਹਨੇ ਤੇਰੇ ਸੂਟ ਦੇ ਵਿੱਚੋਂ ਕੁਝ ਕੱਢ ਲੈਣਾ ਕਿ ਕੁਝ ਖਾ ਲੈਣਾ ਵਾ, ਜਿਹੜਾ ਤੂੰ ਕੈਂਠਾ ਰੱਖਿਆ ਉਹਦੇ ਜਿਹੜਾ ਉਹਨੇ ਲੁਕਾ ਲੈਣਾ ਵਾ। ਰਾਜਿੰਦਰ ਨਾ ਕਰਿਆ ਕਰ ਇਦਾਂ ਦੀਆਂ ਗੱਲਾਂ। ਕੱਢਣਾ ਉਹਨੇ ਕੀ ਆ ਸੂਟ ਦੇ ਵਿੱਚੋਂ? ਸੂਟ ਦੇ ਵਿੱਚ ਕੀ ਬੰਬ ਫਿੱਟ ਕੀਤੇ ਮੈਂ? ਆਹ ਤਾਂ ਕੋਈ ਗੱਲ ਨਹੀਂ, ਆਪੇ ਲਿਆ ਕੇ ਸੁਲਾ ਦਿੰਦੀ ਆ ਤੈਨੂੰ, ਕੋਈ ਗੱਲ ਨਹੀਂ। ਚਲੋ ਠੀਕ ਆ, ਫਿਰ ਉੱਠੋ ਭਾਬੀ ਨੂੰ ਕੋ, ਨਾਲੇ ਚਾਹ ਵੀ ਬਣਾ ਦੇਵੇ। ਨਾਲੇ ਤੈਨੂੰ ਤਾਂ ਚੇਤਾ ਵੀ ਨਹੀਂ ਗਾ ਵੀ ਉਹ ਸੂਟ ਲਿਆਂਦਾ ਵਾ ਕਿੱਥੇ, ਉਹ ਤਾਂ ਮੇਰੀ ਲਿਬਾਰੀ 'ਚ ਪਿਆ ਸੀ ਤੇ ਮੈਂ ਉਹਨੂੰ ਵੀ ਕਹਿਣਾ ਸੀ ਵੀ ਲਿਆ ਦੇ। ਕੋਈ ਗੱਲ ਨਹੀਂ, ਮੈਨੂੰ ਚੇਤਾ ਸੀ ਮੰਮੀ, ਤੁਸੀਂ ਵੀ ਐਂ ਫਟਾਫਟ ਉਹਨੂੰ ਕਹਿ ਦੇਣਾ ਹੁੰਦਾ ਆ, ਨਾਲੇ ਅਗਲੇ ਨੇ ਛੱਤੀ ਗੱਲਾਂ ਕਰਕੇ ਚੀਜ਼ ਬਣਾਉਣੀ ਹੁੰਦੀ ਹੈ। ਚੱਲ ਕੋਈ ਨਹੀਂ, ਕਿਤੇ ਨਹੀਂ ਤੈਨੂੰ ਗੱਲਾਂ ਕਰਦੇ ਹੋ, ਤੂੰ ਸੋਹਰੇ ਜਾਣਾ ਹੁਣ ਨਾ ਇੱਦਾਂ ਦੀਆਂ ਗੱਲਾਂ ਕਰ। ਚਲੋ ਠੀਕ ਆ, ਫਿਰ ਮੈਂ ਪੁੱਛਾਂ ਸ਼ੇਰੇ ਨੂੰ ਤੇ ਚੱਲੀਏ ਫਿਰ ਅਸੀਂ ਵੀ। ਚੱਲ ਪੁੱਛ, ਆਹ ਤੁਸੀਂ ਵੀ ਉੱਠੋ ਨਿਕਲੋ। ਚੱਲ ਆਉਂਦੀ ਹਾਂ ਮੈਂ। ਜੇ ਮੈਨੂੰ ਕੁੱਥੜਾ ਪਹਿਲਾਂ ਪਤਾ ਹੁੰਦਾ ਨਾ, ਤੇ ਮੈਂ ਤੇ ਪਹਿਲਾਂ ਹੀ ਉੱਥੋਂ ਪੈਸੇ ਕੱਢ ਕੇ ਬੈਗ 'ਚ ਰੱਖਣੇ ਸੀ, ਹੁਣ ਮੈਂ ਫੜੀ ਜਾਣਾ ਤੇ ਮੈਂ ਬਣ ਜਾਣਾ ਚੋਰਨੀ, ਤੇ ਮੈਨੂੰ ਤਾਂ ਮੰਮੀ ਕੋਲ ਵੀ ਗਾਲਾਂ ਪੈਣੀਆਂ ਤੇ ਸ਼ੇਰੇ ਸਾਹਮਣੇ ਵੀ ਮੇਰੀ ਬੇਇੱਜ਼ਤੀ ਹੋ ਜਾਣੀ ਆ, ਤੇ ਵੀਰ ਨੇ ਵੀ ਮੈਨੂੰ ਬਹੁਤ ਪੈਣਾ ਆ, ਹੁਣ ਪਤਾ ਨਹੀਂ ਕੀ ਬਣਨਾ।
ਇੱਕ ਤੇ ਏਡੀ ਆ ਉੱਤੇ ਚੜੀ ਰਹਿੰਦੀ ਆ, ਮੰਮੀ ਦਾ ਏਡਾ ਦਿਮਾਗ ਖਰਾਬ ਆ ਮੈਂ ਆਪ ਹੀ ਸੂਟ ਲਿਆ ਦਿੰਦੀ, ਮੰਮੀ ਨੇ ਫੱਟ ਦਾ ਨਹੀਂ ਇਹਨੂੰ ਕਹਿਤਾ, ਅੱਗੇ ਪਿੱਛੋਂ ਮੰਮੀ ਨੇ ਵੀ ਨਹੀਂ ਕਹਿਣਾ ਹੁੰਦਾ, ਅੰਦਰ ਅੱਜ ਮੈਂ ਘਰ ਨੂੰ ਜਾਣਾ ਸੀ ਅਤੇ ਹੋਰ ਹੀ ਪੰਗਾ ਪੈ ਜਾਣਾ, ਖੜੀ ਫੇਰ ਨਹੀਂ ਚੱਲ ਜਾਣਾ, ਸ਼ੇਰੇ ਸਾਹਮਣੇ ਕਿੰਨੀ ਬੇਇੱਜ਼ਤੀ ਹੋ ਜਾਣੀ ਆ, ਪਤਾ ਨਹੀਂ ਹੁਣ ਕੀ ਬਣਨਾ, ਨਾਲੇ ਮੰਮੀ ਇੰਨੇ ਪੈਸੇ ਇਹ ਤੁਸੀਂ ਰੱਖੇ? ਮੈਂ ਤੇ ਨਹੀਂ ਜਾਪਦਾ ਰੱਖੇ, ਰਾਜਵਿੰਦਰ ਨੇ ਕਿਤੇ ਰੱਖੇ ਹੋਣ, ਸੂਟ ਤੁਸੀਂ ਲਿਆਂਦਾ ਤੇ ਪੈਸੇ ਰਾਜਵਿੰਦਰ ਨੇ ਰੱਖਾ ਸੀ, ਪਰ ਮੈਂ ਨੀ ਰੱਖੇ, ਮੈਂ ਰੱਖੇ ਹੁੰਦੇ ਤੇ ਮੈਨੂੰ ਚੇਤਾ ਨਾ ਤੁਹਾਨੂੰ ਮੈਂ ਰੱਖੇ, ਨਾਲੇ ਇੰਨੇ ਪੈਸੇ ਕਿਤੇ ਉਹੀ ਪੈਸੇ ਨੀ ਜਿਹੜੇ ਘਰੋਂ ਗਵਾਚੇ ਆ, ਨੀ ਭੈਣਾ ਮੈਨੂੰ ਨੀ ਇਹਨਾਂ ਗੱਲਾਂ ਦਾ ਪਤਾ, ਮੈਨੂੰ ਉਹੀ ਲੱਗਦੇ ਗੱਲ ਇਹ ਉਹੀ ਆ ਪੈਸੇ, ਪੁੱਛ ਲੈਂਦੀ ਆ ਕੁੜੀ ਨੂੰ ਕਿਤੇ ਉਹਨੇ ਤਾਂ ਨੀ ਰੱਖੇ, ਹਾਏ ਰੱਬਾ ਪੈ ਗਿਆ ਹੀ ਰੌਲਾ, ਮੈਂ ਹੁਣ ਫੜੀ ਜਾਣਾ ਹੀ ਆ ਮੇਰੇ ਪੈਸੇ ਜਿਹੜੇ ਮੈਨੂੰ ਤਾਂ ਡਿੱਗ ਪਏ ਉੱਥੇ ਚੁੰਨੀ ਚੋਂ ਪੈਸੇ ਪੈਸੇ ਕਾਂਦੀ ਭਾਬੀ, ਇਹਨੇ ਤਾਂ ਹੁਣ ਬਾਜ ਵੀ ਨਹੀਂ ਆਉਣਾ ਹੈਗਾ, ਇਹਨੇ ਤਾਂ ਸਮਾਂ ਹੀ ਗੱਲ ਚੁੱਕਣੀ ਆ, ਅਤੇ ਮੇਰੀ ਤਾਂ ਸ਼ੇਰੇ ਸਾਹਮਣੇ ਇੰਨੀ ਬੇਇੱਜ਼ਤੀ ਹੋ ਜਾਣੀ ਨਾ, ਮੈਂ ਹੁਣ ਕੀ ਕਰੂੰਗੀ, ਇਹ ਕਦੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੈਂ ਸੋਚੀ ਪੈਸੇ ਚੁੱਕਣੇ ਸੀ ਉੱਥੇ, ਮੈਨੂੰ ਹੀ ਚੇਤਾ ਭੁੱਲ ਗਿਆ, ਹੁਣ ਮੈਂ ਕੀ ਕਰੂੰਗੀ, ਤਾਂ ਮੇਰੇ ਤੋਂ ਕੋਈ ਬਹਾਨਾ ਵੀ ਹੈ ਨਹੀਂ ਗਾ, ਸਾਰੀ ਗੱਲ ਹੀ ਮੇਰੇ 'ਤੇ ਆਉਣੀ ਆ, ਉਹਦੇ 'ਚ ਇੱਕ ਅੱਧਾ ਰੁਪਈਆ ਵੀ ਨਹੀਂ ਘੱਟ ਹੈ, ਇਹਦੇ ਘੱਟ ਹੁੰਦੇ ਤਾਂ ਮੈਂ ਕਹਿਣਾ ਕਿ ਤੁਹਾਡੇ ਪੈਸੇ ਨਹੀਂ, ਮੇਰੇ ਤਾਂ ਪੂਰਾ 20 ਦਾ 20 ਆ, ਹੁਣ ਮੈਂ ਕੀ ਕਰੂੰਗੀ, ਕਿਤੇ ਸ਼ੇਰੇ ਨੂੰ ਨਾ ਪਤਾ ਲੱਗ ਗਿਆ, ਜੇ ਸ਼ੇਰੇ ਨੂੰ ਪਤਾ ਲੱਗ ਗਿਆ ਤਾਂ ਮੇਰੀ ਤਾਂ ਬਹੁਤ ਬੇਇੱਜ਼ਤੀ ਹੋ ਜਾਣੀ ਆ, ਸ਼ੇਰ ਨੇ ਕਹਿਣਾ ਤੂੰ ਆਹ ਕੰਮ ਕਰਦੀ ਫਿਰ ਇੱਥੇ, ਮੈਨੂੰ ਤਾਂ ਹੁਣ ਚੈਨ ਹੀ ਨਹੀਂ ਆਉਂਦਾ, ਮੇਰੀ ਸੱਚੀ ਬਹੁਤ ਹੋਣੀ ਆ, ਮੰਮੀ ਮੈਂ ਨਹੀਂ ਰੱਖੇ ਪੈਸੇ ਤੁਸੀਂ ਨਹੀਂ ਰੱਖੇ ਤੇ ਤੀਜੇ ਜਾਣੇ ਨੇ ਕਿੰਨੇ ਰੱਖਤੇ ਘਰ ਦੇ ਵਿੱਚ, ਇਹ ਪੈਸੇ ਆਏ ਕਿੱਥੋਂ, ਜੇ ਪੈਸੇ ਮੈਂ ਰੱਖੇ ਹੁੰਦੇ ਤਾਂ ਮੈਨੂੰ ਸ਼ੌਂਕ ਪਿਆ ਸੀ ਮਾਰ ਤੱਤੇ ਕਰਾਉਣ ਦਾ, ਨੀ ਭੈਣਾ ਚੁੱਪ ਕਰ ਜਾ, ਹੁਣ ਕੁੜੀ ਨੇ ਜਾਣਾ ਵਾ ਨਾ, ਹੁਣ ਇਹਦਾ ਹੋਰ ਨਾ ਸਿਆਪਾ ਪਾ ਜਾਂਦਾ ਜੀ, ਮੈਨੂੰ ਲੱਗਦਾ ਕੁੜੀ ਨੇ ਰੱਖੇ ਪੈਸੇ, ਕੁੜੀ ਤਾਂ ਹੀ ਦੰਦ ਦੱਬਦੀ ਉੱਥੇ, ਮੈਂ ਸੂਟ ਲੈ ਕੇ ਆਉਂਦੀ ਮੈਨੂੰ ਪੈਰ ਨਹੀਂ ਪੁੱਟਣ ਦਿੰਦੀ ਇਹ ਗਾੜੀ, ਨੀ ਚੁੱਪ ਕਰ ਜਾ, ਤੇਰੀ ਤਾਂ ਸਗੋਂ ਚੜ ਮੱਚ ਗਈ ਆ, ਕੀ ਪਤਾ ਕਿਤੇ ਮੈਂ ਇਹਨਾਂ ਰੱਖੇ ਹੋਣ ਕਿਤੇ, ਇਸ ਗੱਲ ਦਾ ਪਤਾ ਤੈਨੂੰ, ਮੰਮੀ ਜੇ 500 ਹੋਵੇ ਚੱਲ ਮੰਨਿਆ 1000 ਵੀ ਹੋਵੇ ਤੇ ਬੰਦਾ ਰੱਖ ਕੇ ਭੁੱਲ ਜਾਂਦਾ, ਇਹ ਇਕੱਠੇ ਦਾ ਇਕੱਠਾ 20,000 ਰੁਪਈਆ ਵਾ, ਥੋੜੇ ਵੀ ਨਹੀਂ ਆ, ਨੀ ਚੰਗਾ ਭੈਣਾ ਤੇਰੇ ਕੇ ਹੱਥ ਜੋੜੇ ਜਾਣਦੇ, ਹੁਣ ਖਾਪਣਾ ਪਾਈ ਇੱਥੇ ਹੋਰ ਨਾ ਖਪਤ ਕਰਾ ਦੀ ਕਿਤੇ, ਖਪ ਤੇ ਹੁਣ ਪਊਗੀ ਮੰਮੀ, ਤੁਸੀਂ ਆਂਦੇ ਗੱਲ ਗੋਲ ਮੋਲ ਢੱਕਦੇ, ਇਹੋ ਗੱਲਾਂ ਤੁਹਾਡੀਆਂ ਢੱਕਣ ਢੱਕਿਆ ਨੇ ਇੱਥੋਂ ਤੱਕ ਗੱਲ ਪਹੁੰਚਾਈ ਆ, ਕੀ ਰੌਲਾ ਪਾਇਆ ਮਨ ਸਸੇ ਨਹੀਂ, ਰੌਲਾ ਕੀ ਪਾਉਣਾ, ਆਹ ਵੇਖੋ ਇੰਨੇ ਪੈਸੇ ਆ ਸੂਟ ਦੀ ਲਹਿ ਦੇ ਵਿੱਚੋਂ ਨਿਕਲੇ, ਸੂਟ ਦੀ ਲਹਿ ਚੋਂ, ਹਾਂ ਆਹ ਵੇਖ ਲਓ ਇਹ ਕਿੱਥੋਂ ਪੈਸੇ ਨੇ ਸੂਟ ਚੋਂ, ਇੱਥੋਂ ਨਿਕਲੇ ਸੂਟ ਚੋਂ, ਚਲਾਕੋ ਨੇ ਰੱਖੇ ਹੋਣ,
ਕਿਉਂ ਵੀ ਦੱਸ ਇਹ ਪੈਸੇ ਉਹੀ ਕਿਤੇ 20,000 ਖਰਚਾ ਕਿਤੇ ਮੇਰੀ ਗੱਲ ਸੁਣੋ ਮੈਨੂੰ ਤੇ ਲਫਾਫੇ ਦਾ ਵੀ ਨਹੀਂ ਪਤਾ ਤੇ ਸੂਟ ਦਾ ਵੀ ਨਹੀਂ ਪਤਾ ਮੈਨੂੰ ਤੇ ਘੰਟਾ ਹੋ ਗਿਆ ਲਫਾਫਾ ਲੱਭਣ ਡਈ ਨੂੰ ਫਿਰ ਮੰਮੀ ਆਈ ਤੇ ਇਹਨੇ ਦੱਸਿਆ ਵੀ ਆਹ ਰੰਗ ਦਾ ਲਫਾਫਾ ਤੇ ਮੈਨੂੰ ਤਾਂ ਸੂਟ ਦਾ ਨਹੀਂ ਪਤਾ ਉਹ ਵੀ ਮੈਂ ਅੱਜ ਵੇਖਣ ਲੱਗੀ ਵੀ ਆਹ ਸੂਟ ਲਿਆਂਦਾ ਵਾ ਚੋਰੀ ਇਹਨਾਂ ਨੇ ਸੂਟ ਲਿਆਂਦਾ ਤੇ ਚੋਰੀ ਇਹਨਾਂ ਨੇ ਪੈਸੇ ਰੱਖੇ ਤੇ ਨਾਂ ਮੇਰਾ ਲਾਈ ਜਾਂਦੇ ਹਰ ਇੱਕ ਕੰਮ ਦਾ ਆਹ ਚੰਗੀ ਗੱਲ ਵਾ ਜਿਹੜੀ ਗੱਲ ਦਾ ਚੁੱਕਿਆ ਤੇ ਮੇਰੇ ਤੇ ਨਾਂ ਲਾ ਤਾ ਨਹੀਂ ਜਾ ਭੈਣਾ ਚੁੱਪ ਕਰ ਜਾ ਰਾਜਵਿੰਦਰ ਨੇ ਲਗਾਏ ਨੀ ਜਬਾਨ ਨੂੰ ਬੰਦ ਕਰ ਲਾ ਚੁੱਪ ਕਰਕੇ ਬਹਿ ਜਾ ਮੈਂ ਰਾਜਵਿੰਦਰ ਹੁਣੇ ਤੇਰੇ ਸਾਹਮਣੇ ਲੈ ਆਉਣੀ ਆ ਲੈ ਉਹ ਮੈਨੂੰ ਕਿਹੜਾ ਡਰ ਪਿਆ ਵਾ ਮੈਂ ਕਿਹੜੇ ਲਗਾਏ ਸੀ ਜਿਹੜੇ ਮੇਰੇ ਨਾਲ ਆਉਂਦੇ ਜਾਂ ਤੁਸੀਂ ਲਗਾਏ ਤੇ ਜਾਂ ਤੁਹਾਡੀ ਕੁੜੀ ਨੇ ਲਗਾਏ ਹੋਰ ਤੀਜਾ ਬੰਦਾ ਇੱਥੇ ਕੋਈ ਨੀ ਹੈਗਾ ਕਿੰਨੇ ਸੂਟ ਚ ਰੱਖੇ ਆ ਇਹ ਹੁਣ ਕੁੜੀ ਆਊਗੀ ਨਾ ਹੁਣ ਦੁੱਧ ਦੁੱਧ ਪਾਣੀ ਦਾ ਪਾਣੀ ਸੀ ਹੁਣ ਮੇਰੀ ਗੱਲ ਸੁਣੋ ਮੇਰੀ ਠੰਡੇ ਸੁਭਾਅ ਨਾਲ ਗੱਲ ਸੁਣਿਓ ਹੁਣੇ ਆਉ ਨਾ ਰਾਜਵਿੰਦਰ ਉਹਦੇ ਮੂੰਹ ਦੇ ਰੰਗ ਤੋਂ ਹਾਵ ਭਾਵ ਤੋਂ ਪਤਾ ਲੱਗ ਜਾਣਾ ਕਿ ਉਹ ਕਰਦੀ ਤੇ ਕੀ ਉਹ ਨਹੀਂ ਕੋਈ ਰਾਜਵਿੰਦਰ ਨੂੰ ਆਏ ਮਾਰੇ ਕਿੱਥੇ ਆ ਰਾਜਵਿੰਦਰ ਹਾਂ ਮਾਰੋ ਰਾਜਵਿੰਦਰ ਨੂੰ ਆਜ ਹੱਦ ਹੋਈ ਮੈਂ ਨਾ ਤੁਹਾਡੀ ਆਈ ਆਈ ਨਹੀਂ ਅਜੇ ਤੱਕ ਉਦੋਂ ਦੇ ਪਜਲ ਹੋ ਗਏ 20,000 ਰੁਪਇਆ ਗਵਾਚਾ ਵਾ ਆ ਵਿੱਚੋਂ ਸੂਟ ਦੇ ਨਿਕਲਿਆ ਵਾ ਨਿਕਲਿਆ ਵਾ ਇੱਥੇ ਖੰਭ ਲਾਏ ਨੇ ਸਾਡੇ ਘਰ ਪੈਸੇ ਨੂੰ ਮੈਂ ਤਾਂ ਅੱਗੇ ਨਹੀਂ ਪਈ ਇੱਥੇ ਰੁਪਇਆ ਨਹੀਂ ਛੱਡਦਾ ਸਾਡੇ ਘਰ ਕੋਈ ਅੱਜ ਨਹੀਂ ਤਾਂ ਕਦੀ ਰੁਪਇਆ ਗਾਂ ਪਛਾਣ ਕੀਤਾ ਨਹੀਂ ਤੇ ਨਾ ਇਹੋ ਜੀ ਸਾਡੇ ਮਾਂ ਪਿਓ ਨੇ ਮਾਤੀ ਦਿੱਤੀ ਆ ਤੇ ਨਾ ਇਹੋ ਜੀ ਕਦੀ ਸਾਡੇ ਘਰ ਚ ਕੰਮ ਹੋਈ ਆ ਸੀਟਾਂ ਜੋ 20,000 ਨਿਕਲਦੇ ਪਏ ਮੈਂ ਪਤਾ ਨਹੀਂ ਚੱਲ ਰਿਹਾ ਕੀ ਦੀਆਂ ਮੱਤਾਂ ਚੱਲਦੀਆਂ ਨੇ ਕੀ ਦੀਆਂ ਨਹੀਂ ਚੱਲਦੀਆਂ ਸਾਡੇ ਮਾਂ ਪਿਓ ਨੇ ਤੇ ਇਦਾਂ ਦੀ ਮੱਤ ਤੇ ਤੇਰੀ ਪਲਾਨਿੰਗ ਨਹੀਂ ਕਿਤੇ ਸੂਟ ਰੱਖਣ ਦੀ ਫੇਰ ਤੁਸੀਂ ਬਾਰ ਬਾਰ ਉਹੋ ਹੀ ਗੱਲ ਕਰਦੇ ਮੈਨੂੰ ਤੇ ਸੂਟ ਦਾ ਪਤਾ ਵੀ ਨਹੀਂ ਲਿਆਂਦੇ ਦਾ ਰਾਜਵਿੰਦਰ ਹਾਂ ਉਹ ਸੂਟ ਦੇ ਵਿੱਚ ਪੈਸੇ ਕਿੰਨੇ ਰੱਖੇ 20,000 ਰੁਪਇਆ ਕਿਹੜੇ ਪੈਸੇ ਕਿਹੜੇ ਪੈਸੇ 20,000 ਰੁਪਇਆ ਮੈਨੂੰ ਨਹੀਂ ਪਤਾ ਕਿਹੜੇ ਪੈਸੇ ਮੈਨੂੰ ਤੂੰ ਇਹ ਦੱਸ ਵੀ ਤੂੰ ਰੱਖੇ ਆ ਨਹੀਂ ਮੈਂ ਨਹੀਂ ਰੱਖੇ ਮੰਮੀ ਤੇ ਫਿਰ ਤੇਰਾ ਰੰਗ ਕਿਉਂ ਨਹੀਂ ਉੱਡਿਆ ਜੇ ਤੂੰ ਰੱਖੇ ਨਹੀਂ ਤੇ ਤੂੰ ਹੋਰ ਤਰ੍ਹਾਂ ਦੀ ਹੋ ਗਈ ਆ ਖੱਟੀ ਪੀਲੀ ਜੀ ਆ ਮੰਮੀ ਛੱਡੋ ਮੈਨੂੰ ਕੁੱਖ ਨਹੀਂ ਹੋਇਆ ਤੁਹਾਨੂੰ ਘੁੱਟ ਚਾਹ ਕਿਹਾ ਕਿ ਕਿਹਾ ਸੀ ਬਣਾ ਕੇ ਪਿਆ ਦੋ ਪਤਾ ਉਹਨੂੰ ਨੌਂ ਕਸ ਨੇ ਹੋਰ ਹੀ ਤਮਾਸ਼ਾ ਲਾ ਲਿਆ ਵਾ ਅਸੀਂ ਚੱਲੇ ਆ ਹੁਣ ਮੇਰੀ ਗੱਲ ਸੁਣ ਮੈਨੂੰ ਤਾਂ ਲੱਗਦਾ ਕਸੂਰ ਰਾਜਵਿੰਦਰ ਤੇਰਾ ਤੇ ਉਹਦੇ ਹੱਡ ਐਵੇਂ ਹੀ ਟੁੱਟ ਗਏ ਆ ਤੈਨੂੰ ਮੈਂ ਗੱਲ ਦੱਸਾਂ ਮੈਨੂੰ ਤੇਰੇ ਮੂੰਹ ਤੋਂ ਲੱਗਣ ਡਿਆ ਵੀ ਇਹ ਕਸੂਰ ਤੇਰਾ ਵਾ ਨਹੀਂ ਮੰਮੀ ਮੇਰਾ ਕੋਈ ਕਸੂਰ ਨਹੀਂ ਆ ਚਾਹ ਪਿਉਣੀ ਆ ਤੂੰ ਘੱਟ ਪਿਆ ਦੋ ਅਸੀਂ ਲੇਟ ਹੋ ਗਏ ਤੋਂ ਕਿੰਨਾ ਟਾਈਮ ਹੋ ਗਿਆ ਅਸੀਂ ਹੁਣ ਚੱਲੇ ਆ ਹਾਏ ਹਾਏ ਚੱਲੀ ਕਿੱਥੇ ਇੱਧਰ ਗੱਲ ਤੇ ਸੁਣ ਜਾ ਮੇਰੀ ਵੇਖ ਲੈ ਇਹਦੇ ਕੰਮ ਕੁੜੀ ਦੇ ਅਸੀਂ ਚੱਲੇ ਆ ਅਸੀਂ ਚੱਲੇ ਆ ਉੱਥੇ ਖਲਾਰਾ ਪਿਆ ਗਿਆ ਤੂੰ ਚਾਹ ਲੱਭਦੀ ਪੈਣ ਡਈ ਆ ਪਵਾੜਾ ਪਾ ਕੇ ਰੱਖ ਦਿੱਤਾ ਇਹਨੇ ਫੇਰ ਮੰਮੀ ਤੂੰ ਵੀ ਗੋੜ ਗੋੜ ਕਰ ਲੈਣੀ ਚਾਹ ਤਾਂ ਪਿਆਈ ਹੈ ਸਾਨੂੰ ਕਿੱਡੀ ਕੁ ਪਿਉਣੀ ਜਾਣਦੇ ਸਾਨੂੰ ਕਿ 5 ਵਜੇ ਹੈ ਅੱਛਾ ਹੁਣ ਬੜੀ ਕਾਲੀ ਚੱਲੀ ਕਿੱਥੇ ਆ ਗੱਲ ਕਰਕੇ ਜਾਣ ਦੇਣਾ ਐਦਾਂ ਨਹੀਂ ਮੈਂ ਜਾਣ ਦਿੰਦੀ ਤੈਨੂੰ ਮੈਂ ਦੱਸਦਾ ਹੀ ਬਹਿ ਬਹਿ ਇੱਥੇ ਪਹਿਲਾਂ ਤਾਂ ਬਹਿ ਜਾ ਜਾਣੀ ਆ ਤੇ ਸੱਚਾਈ ਦਾ ਲੱਗਿਆ ਪਤਾ ਵੀ ਕਿੰਨੇ ਚੋਰੀ ਕੀਤੀ ਆ ਕਿਹੜੀ ਸੱਚਾਈ ਦਾ ਪਤਾ ਲਾਉਣਾ 20,000 ਰੁਪਇਆ ਲੱਭ ਗਿਆ 20,000 ਰੁਪਇਆ ਤੇ ਮੈਨੂੰ ਕੀ ਪਤਾ ਕਿੱਥੋਂ ਆਇਆ 20,000 ਮੈਂ ਆਂਦਾ ਤੂੰ ਕੱਢਿਆ ਵਾ ਨਿਵਿਆ ਸੂਟ ਦੇ ਵਿੱਚੋਂ ਇਹ ਆਂਦੀ ਮੈਂ ਰੱਖਿਆ ਮੰਮੀ ਆਂਦੀ ਮੈਂ ਰੱਖਿਆ ਹੁਣ ਤੂੰ ਦੱਸ ਕਿ ਤੂੰ ਰੱਖਿਆ ਕਿ ਨਹੀਂ ਰੱਖਿਆ ਮੈਂ ਨਹੀਂ ਰੱਖਿਆ ਵੀਰ ਮੇਰੀ ਗੱਲ ਸੁਣ ਜੇ ਤੂੰ ਨਹੀਂ ਰੱਖਿਆ ਤੇ ਤੂੰ ਇੰਨਾ ਡਰੀ ਸਹਿਮੀ ਕਿਉਂ ਆ ਦੱਸ ਨਾ ਮੈਨੂੰ ਮੈਂ ਕੋਈ ਨਹੀਂ ਕਰੀ ਹੈਗੀ ਕਿਉਂ ਨਹੀਂ ਕਰੀ ਹੈਗੀ ਹੁਣ ਤੇ ਤੇਰੇ ਚੱਪਲਾਂ ਪਾ ਬਦਲਣ ਦੇ ਵੀ ਨਹੀਂ ਟਾਈਮ ਲੱਗਾ ਤੇਰਾ ਉਦਾਂ ਤੂੰ ਐਨ ਸਕੀ ਪੁਸਕੀ ਰਹਿਨੀ ਆ ਤੂੰ ਉਹ ਤਾਂ ਮੈਂ ਕਿਹਾ ਘਰੇ ਹੀ ਜਾਣਾ ਸੀ ਤੇ ਫਿਰ ਕੀ ਚੱਪਲਾਂ ਵਿੱਚ ਚੱਲ ਜੰਨੀ ਆ ਕਿਦਾਂ ਕਰਦੀ ਕਿਉਂ ਆ ਜਦੋਂ ਸੱਚ ਮੈਂ ਦੱਸਦੇ ਹਾਂ ਤੈਨੂੰ ਫਸ ਲਿਆ ਕੋਈ ਮੈਂ ਨਹੀਂ ਕੁਛ ਕੀਤਾ ਵੀਰ ਮੈਂ ਇਹਨਾਂ ਨੂੰ ਕੀਤਾ ਵਾ ਮੈਂ ਤੇਰੇ ਚੋਰ ਆਉਂਦਾ ਹੀ ਨਹੀਂ ਆ ਚੱਲ ਰਾਜਵਿੰਦਰ ਕੋਈ ਗੱਲ ਨਹੀਂ ਇੱਥੇ ਕਿਹੜਾ ਕੋਈ ਓਪਰਾ ਵਾ ਜੇ ਤੂੰ ਰੱਖੇ ਹੀ ਨਾ ਤਾਂ ਵੀ ਦੱਸ ਦੇ ਤੇ ਮੈਂ ਤਾਂ ਮੰਮੀ ਪੈਸੇ ਰੱਖੇ ਹੀ ਨਹੀਂ ਉੱਥੇ ਸੂਟ ਦੇ ਵਿੱਚ ਮੈਨੂੰ ਕੀ ਪਤਾ ਕਿੱਥੋਂ ਆਏ ਆ
ਰੱਖੇ ਜਾਂ ਮੰਮੀ ਨੇ ਰੱਖੇ ਜਾਂ ਤੂੰ ਰੱਖੇ, ਮੈਨੂੰ ਇਹ ਸੂਟ ਬਾਰੇ ਪਤਾ ਨਹੀਂ। ਮੈਂ ਪਹਿਲਾਂ ਵੀ ਇਹ ਗੱਲ ਕਿੰਨੀ ਵਾਰੀ ਕਹਿ ਚੁੱਕੀ ਆ, ਮੈਨੂੰ ਸੂਟ ਲੱਭਾ ਨਹੀਂ, ਮੰਮੀ ਆਈ ਤੇ ਉਹਨੇ ਦੱਸਿਆ, ਠੀਕ ਆ। ਮੈਂ ਤਾਂ ਸੂਟ ਵੇਖਾਂ ਤੇ ਸਹੀ ਕਿੱਦਾਂ ਦਾ, ਕੀ ਪਤਾ ਵੀਰ ਭਾਬੀ ਨੇ ਰੱਖਤੀ ਹੋਣੀ, ਨਿਆਣ ਲਈ ਜਾਂਦੇ ਹੁਣ। ਪਰ ਡਰੀ ਤੂੰ ਆ ਰਾਜਿੰਦਰ, ਮੈਂ ਰਾਜੇ ਤੈਨੂੰ ਬਚਪਨ ਤੋਂ ਜਾਣਦਾ ਵਾ, ਜਦੋਂ ਝੂਠ ਮਾਰਦੀ ਨਾ ਇਹਦਾ ਸਹੀ ਤੰਬੜਾ ਵੀ ਲਾਵਾ। ਨਹੀਂ ਵੀਰ ਮੈਂ ਕਦੋਂ ਕੰਬਦੀ ਆ, ਪਰ ਤੰਬੜੀ ਹੋ ਕਿੱਥੇ ਤੁਹਾਡੀ, ਜੇ ਚੋਰੀ ਕੀਤੇ ਨਾ ਤੇ ਸੱਚ ਦੱਸ ਦੇ। ਮੈਂ ਨਹੀਂ ਚੋਰੀ ਕੀਤੇ, ਭਾਬੀ ਨੇ ਕੀਤੇ ਹੋਣੇ ਕਿ ਇਹਨਾਂ ਨੇ ਮੇਰੇ ਸੂਟ 'ਚ ਰੱਖੇ। ਫੇਰ ਬਾਰ ਬਾਰ ਮੇਰੇ ਹੀ ਨਾਮ ਲਾਈ ਚਲੇ ਜਾਂਦੀ ਆ, ਤੂੰ ਅੱਗੇ ਵੀ ਆਖੀ ਜਾਂਦੀ ਆ ਪੇਕਿਆਂ ਨੂੰ ਦੇ ਆਈ ਇਹ ਜੇ ਆ ਉਹ ਆ, ਤੈਨੂੰ ਪਤਾ ਇਹਨੇ ਏਦਾਂ ਨਹੀਂ ਕਰਨਾ। ਮੈਂ ਸੇਰੇ ਵੱਲ ਜਾਂਦੀ ਉਹਨੂੰ ਲੈ ਕੇ। ਭਾਬੀ ਛੇਤੀ ਪੈ ਜਾ ਸੇਰੇ ਵੱਲ ਨਾ ਜਾਈ। ਕਿਉਂ ਮੈਂ ਬਹਿ ਤਾਂ ਮੈਂ ਜਾਣਾ ਉਹਦੇ ਵੱਲ। ਭੈਣਾ ਫੜ ਜਾ ਇੱਥੇ ਚੁੱਪ ਕਰਕੇ, ਉਹਨੂੰ ਜ਼ਰੂਰ ਦੱਸਣਾ ਹੀ ਹੋਣਾ। ਨਹੀਂ ਮੈਂ ਜਾਣਾ ਸੇਰੇ। ਹਾਂ ਹਾਂ ਹੈ, ਆ ਜਾ ਇੱਧਰ।